ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਜੀ? ਹੁਣ ਮੈਂ ਚੱਲਾਂ ਜੀ ਜਿੰਮ ਨੂੰ, ਮੈਂ ਚਲੋ ਨਾਲ ਬਲੋਕ ਕਰ ਲੈਂਦੇ ਹਾਂ ਅਤੇ ਆ ਚੱਲਦਾ ਜੀ ਆ ਰਹੇ ਜੀ। ਕਾਫੀ ਟਾਈਮ ਹੋ ਗਿਆ ਮੈਂ ਕੋਈ ਬਲੋਕ ਨਹੀਂ ਪਾਇਆ, ਇੱਦੇ ਥੋੜ੍ਹਾ ਕੰਮ 'ਚ ਬਿਜ਼ੀ ਚੱਲ ਰਹੇ ਹਾਂ ਅਤੇ ਅੱਜ ਬਲੋਕ ਬਣਾਉਂਦੇ ਹਾਂ ਅਤੇ ਜਿੰਮ ਸਟਾਰਟ ਕੀਤੀ ਹੈ ਦੁਬਾਰਾ। ਹਾਂਜੀ ਲਓ ਜੀ ਜਿੰਮ ਆਪਾਂ ਪੁੱਜ ਗਏ ਹਾਂ ਅਤੇ ਹੁਣ ਕਰਦੇ ਹਾਂ ਐਕਸਰਸਾਈਜ਼ ਸਟਾਰਟ। ਕੋਈ ਵੀ ਨਹੀਂ ਜਿੰਮ 'ਚ, ਇੱਥੇ ਪਿੰਡ 'ਚ ਇਹਨਾਂ ਦੀ ਆਪਣੇ ਇਹਨਾਂ ਨੇ ਲੋਕਲ ਬੰਦੇ ਜਿੱਥੇ ਇਹਨਾਂ ਨੇ ਜਿੰਮ ਬਣਾਈ ਆਪਣੇ ਲਈ ਅਤੇ ਮੇਨ ਮੇਨ ਬੰਦੇ ਜਿਹੜੇ ਇਹਨਾਂ ਦੇ ਖਾਸ ਉਹਨਾਂ ਨੂੰ ਆਉਣ ਦਿੰਦੇ ਇੱਥੇ, ਬਾਕੀ ਆਪਣੇ ਪਿੰਡ ਵਾਲਿਆਂ ਲਈ ਬਣਾਈ ਇੱਥੇ ਜਿੱਦਾਂ ਵਿਲੇਜ ਹੁੰਦੇ ਆ, ਵਿਲੇਜ ਆ ਇੱਥੇ ਆਰਡ ਇਹਦੇ ਵਿੱਚ ਆਪਣੇ ਵਿਲੇਜ ਵਾਲਿਆਂ ਲਈ ਬਣਾਈ ਇਹਨਾਂ ਨੇ ਇਕੱਠੇ ਹੋ ਗਏ ਅਤੇ ਬਹੁਤ ਘੱਟ ਲੋਕ ਆਉਂਦੇ ਇੱਥੇ। ਅਤੇ ਹੁਣ ਚਲੋ ਬਾਕੀ ਮਿਲਦੇ ਹਾਂ ਜਿੰਮ ਲਾ ਕੇ ਅਤੇ ਇੱਥੇ ਜਿੰਮ ਹੁਣ ਸਟਾਰਟ ਕਰਦੇ ਹਾਂ। ਅੱਜ ਕਾਫੀ ਟਾਈਮ ਬਾਅਦ ਦੁਬਾਰਾ ਜਿੰਮ ਸਟਾਰਟ ਕੀਤੀ ਆ ਅਤੇ ਪਹਿਲਾਂ ਸੀਗਾ ਵਿੱਚ ਲੋਕਡਾਊਨ ਹੋ ਗਿਆ, ਫਿਰ ਜਿੰਮ ਬੰਦ ਹੋ ਗਈ ਅਤੇ ਹੁਣ ਦੁਬਾਰਾ ਸਟਾਰਟ ਕੀਤੀ ਆ। ਚਲੋ ਹੁਣ ਮਿਲਦੇ ਜਿੰਮ ਲਾ ਕੇ ਐਕਸਰਸਾਈਜ਼ ਲਾ ਕੇ ਫਿਰ ਮਿਲਦੇ ਹਾਂ ਜੀ। ਓਕੇ ਇੱਕ ਸੈੱਟ ਹੋ ਗਿਆ ਪੂਰਾ ਅਤੇ ਦੇਖੋ ਪਾਇਆ ਕਿ ਹੁਣ ਦੂਜਾ ਸੈੱਟ ਲਾ ਲੱਗਾ ਜੀ ਅਤੇ ਦੇਖਦੇ ਹਾਂ ਵਿੱਚ ਪੰਪ ਆਇਆ ਪੂਰਾ ਬੋਡੀ 'ਚ। ਚਲੋ
पूरा पंप आ रहा सेट सही लग रहा काफ़ी टाइम पास स्टार्ट की पहले लॉकडाउन करके बंद कि लॉकडाउन लग रहा हूँ दोबारा स्टार्ट की काफ़ी टाइम बाद तो हम देखो ट्राई तो पूरी है बॉडी बना दी हम चलो बंदा फिट रहता अगे टेस्ट बड़ा बद गया ही हूँ सही हो गया अगे ना बाकी चलो हूँ एक्सरसाइज ला के बाकी फिर मिलते हैं। हाँ जी लो एक्सरसाइज हो गई पूरी ला के चलो एक्सरसाइज पूरी हो गई है हम चलिए रूम कर लो हाँ सामने ग्राउंड है फुटबॉल ग्राउंड तो लाइटा बंद की वो सामने घर है इधर अमानिया के गड्डी खड़ी है चलो मिलते बिच बैठ चल रूम नहीं जा रहे हैं रोड तो लाइट है नहीं गए पेंड इधर जिदा विलेज है इधर इन्होंने लाइट है नहीं रोड तो लगे बिच जी हूँ चलो रूम च पहुँच गए तो मिलते किसी अगली वीडियो तो हूँ वीडियो का करते इतने एंड तो मिलते किसी नवी वीडियो नवे ब्लॉग च।